ਸਸਕਾਲ ਜੀ ਮੈਂ ਵਿਨੀ ਡਮ ਦੇਸੀ ਵਲੌਗਸ ਤੁਹਾਡਾ ਸਵਾਗਤ ਹੈ ਅਸੀਂ ਆਏ ਸੀ ਮੁਕੇਸ਼ ਦੀ ਆਈਸਕ੍ਰੀਮ ਖਾਣ ਕੋਕਰੇਨ ਤੇ ਪਰ ਰਾਜ ਅਸੀਂ ਰੋਟੀ ਵੀ ਖਾਣੀ ਸੀਗੀ ਤਾਂ ਫਿਰ ਅਸੀਂ ਕੋਈ ਜਗ੍ਹਾ ਲੱਭ ਰਹੇ ਸੀ ਤਾਂ ਫਿਰ ਸਾਨੂੰ ਆ ਜਗ੍ਹਾ ਲੱਭੀ ਦਿਖਾਉਂਦੇ ਹਾਂ ਤੁਹਾਨੂੰ ਕਿੱਥੇ ਆਏ ਆਪਾਂ ਪਤਾ ਨਹੀਂ ਵਲੌਗ ਤੂੰ ਹੈ ਕਿ ਨਹੀਂ ਪਤਾ ਨਹੀਂ ਦੇਖੋ ਮੈਂ ਕਮਰ ਨੂੰ ਕਹਿ ਰਿਹਾ ਵੀ ਆਪਾਂ ਉਹ ਬੈਂਚ ਤੇ ਜਾ ਕੇ ਖਾਂਦੇ ਆ ਉਹ ਬੈਂਚ ਤੇ ਦੱਸ ਵਾਟ ਡੂ ਯੂ ਸੇ ਉਹ ਤਾਂ ਪਊਗਾ ਕਿਉਂ ਕਿ ਸਾਨੂੰ ਲੱਗਿਆ ਵੀ ਉਹ ਬਹੁਤ ਦੂਰ ਹੈ ਤੇ ਅਸੀਂ ਇੱਧਰ ਉੱਧਰ ਦੇਖੀ ਤੇ ਸਾਨੂੰ ਉਹ ਮਿਲ ਗਿਆ ਸਾਹਮਣੇ ਤਾਂ ਹੁਣ ਅਸੀਂ ਉੱਧਰ ਜਾਵਾਂਗੇ ਉੱਥੇ ਬਹਿ ਕੇ ਖਾਂਦੇ ਆ ਤੇ ਅਸੀਂ ਟਿਫਨ ਸਰਵਿਸਿਸ ਲੱਭ ਰਹੇ ਹਾਂ ਅੱਡ ਅੱਡ ਤੇ ਕਿਉਂਕਿ ਕਮਰ ਨੂੰ ਕੁਕਿੰਗ ਪਸੰਦ ਨਹੀਂ ਮਾਹੀ ਨੂੰ ਤਾਂ ਪਸੰਦ ਆ ਪਰ ਮਾਹੀ ਨੂੰ ਰੋਟੀਆਂ ਪਾਣੀ ਸਬਜ਼ੀਆਂ ਨਹੀਂ ਆਉਂਦੀਆਂ ਬਣਾਉਣੀਆਂ ਚਿਕਨ ਚੁਕਨ 'ਚ ਬਣਾ ਲਈਦਾ ਤਾਂ ਜੋ ਗੱਲ ਮੈਂ ਦੱਸ ਰਿਹਾ ਸੀ ਤਾਂ ਫਿਰ ਹੁਣ ਅਸੀਂ ਅਲੱਗ ਅਲੱਗ ਟਿਫਨ ਸਰਵਿਸਿਸ ਟਰਾਈ ਕਰਾਂਗੇ ਅੱਜ ਹੈਗਾ ਟਿਫਨ ਬਾਏ ਮਾਂ ਫੂਡ ਬਾਏ ਮਾਂ ਪਤਾ ਨਹੀਂ ਕੁਛ ਇਹੋ ਜਿਹਾ ਸੀ ਨੌਰਥ ਵੈਸਟ 'ਚ ਹੈ ਅਤੇ ਉਹਨਾਂ ਨੇ ਲਿਖਿਆ ਹੋਇਆ ਵੀ $20 $15 $15 ਪਰ ਡੇ ਜਾਂ $200 ਪਰ ਮੰਥ ਟਰਾਈ ਕਰਦੇ ਹਾਂ ਕਿਹੋ ਜਿਹਾ ਹੋਊਗਾ ਉਹਨਾਂ ਦਾ ਸੋ ਦੇਖੋ ਸਾਡੇ ਕੋਲ ਹੈ ਚਮਚੇ ਨਹੀਂ ਹੈਗੇ ਸੈਲਡ ਹੈ ਦੋ ਇੱਕ ਦਾਲ ਆ ਕਿਹੜੀ ਆ ਰੋਟੀਆਂ ਨੇ ਸਬਜ਼ੀ ਸਬਜ਼ੀ ਖੋਲ ਪਹਿਲਾਂ ਸਬਜ਼ੀ ਕਿਹੜੀ ਆ ਆਲੂਆਂ ਦੀ ਸਬਜ਼ੀ ਆ ਜੀਰੇ ਅਰੇ ਆਲੂ ਤਾਂ ਮੈਂ ਬਣਾ ਲਾਂ 5 ਮਿੰਟ ਤਾਂ ਲੱਗਦੇ ਨੇ ਆਲੂ ਬਣਾਉਣ 'ਚ ਜੀਰੇ ਵਾਲੇ ਇਹ ਤਾਂ ਵੈਸੇ ਵਰਥ ਇਟ ਲੱਗ ਨਹੀਂ ਰਿਹਾ ਸਾਨੂੰ $15 ਵਾਲਾ ਤਾਂ ਹਿਸਾਬ ਕਿਤਾਬ ਦਹੀਂ ਵਿੱਚ ਦਹੀਂ ਤਾਂ ਹੈ ਨਹੀਂ ਬੁੰਦੀ ਉਹ ਆ ਚਲੋ ਦੱਸ ਦਿਆਂ ਤੁਹਾਨੂੰ ਖਾ ਕੇ ਚਲੋ ਕਿਉਂਕਿ ਫਿਰ ਪਤਾ ਨਹੀਂ ਜਗ੍ਹਾ ਸੀ ਕਿ ਰੋਟੀ ਇੰਨੀ ਸਵਾਦ ਹੈ ਨਹੀਂ ਸੀ ਜਿੰਨੀ ਲੱਗੀ ਜਗ੍ਹਾ ਜਗ੍ਹਾ ਬਾਲੀ ਵਧੀਆ ਸ਼ਿਮਲਾ ਮਿਰਚ ਸੀ ਉਹ ਆਲੂ ਨਹੀਂ ਸੀਗੇ ਮਤਲਬ ਉਹ ਸ਼ਿਮਲਾ ਮਿਰਚ ਥੋੜ੍ਹੀ ਜਿਹੀ ਸੀ ਕਹਿਣ ਦੀ ਅਤੇ ਪਰ ਠੀਕ ਸੀਗੀ ਚਲੋ ਸ਼ਿਮਲਾ ਮਿਰਚ ਵਧੀਆ ਸੀ ਦਾਲ ਵਧੀਆ ਸੀ ਦਹੀਂ ਸੀ ਜਿਹੜੀ ਦਹੀਂ ਤਾਂ ਦੁੱਧ ਹੀ ਪਾਇਆ ਸੀ ਉਹਨਾਂ ਨੇ ਅਤੇ ਬੂੰਦੀ ਪਾਈ ਸੀ ਦਹੀਂ ਨਹੀਂ ਸੀ ਉਹ ਅਤੇ ਸੈਲਡ ਵਿੱਚ 2 ਬੇਬੀ ਕੈਰਟ ਸੀਗੇ ਆਏ ਗੈਸ ਅਤੇ ਅੱਧਾ ਕੁਕੰਬਰ ਜਿਹੜਾ ਛੋਟੇ ਵਾਲਾ ਹੁੰਦਾ ਬਾਕੀ ਉਹਨਾਂ ਨੇ ਕੈਬੇਜ ਪਾਈ ਸੀ ਨੋਟ ਵਰਥ ਇਟ ਲੱਗ ਰਿਹਾ ਪਹਿਲਾ ਟਿਫਨ ਟਰਾਈ ਕੀਤਾ ਹੋਰ ਟਿਫਨ ਟਰਾਈ ਕਰਕੇ ਦੇਖਦੇ ਹਾਂ ਹਾਂ ਚਲੋ ਪਰ ਸਾਡਾ ਲੰਚ ਹੋ ਗਿਆ ਅਤੇ ਹੁਣ ਅਸੀਂ ਕੋਕਰੇਨ ਜਾਵਾਂਗੇ ਬਟ ਲੱਗਦਾ ਨਹੀਂ ਪਤਾ ਨਹੀਂ ਜਾਵਾਂਗੇ ਨਹੀਂ ਜਾਵਾਂਗੇ ਕਮਰ ਤਾਂ ਬਹਿ ਕੇ ਥੱਲੇ ਦਿਖਾਉਣਾ ਇਹਨੇ ਤਾਂ ਲੈ ਲਈ ਫੀਲਿੰਗ ਪੂਰੀ ਦੇਖੋ ਲਓ ਜੀ ਸਾਡੀਆਂ ਦੋਵਾਂ ਦੀਆਂ ਰੀਲਾਂ ਬਣ ਗਈਆਂ ਪੂਰਾ ਕੰਟੈਂਟ ਲੈ ਲਿਆ ਅੱਜ ਵਰਟੀਕਲ ਇਹਨੂੰ ਬੜੀ ਪ੍ਰੋਬਲਮ ਹੁੰਦੀ ਆ ਵੀ ਮੈਂ ਵਲੌਗ ਲਈ ਹੋਰੀਜ਼ੋਂਟਲ ਬਣਾਉਣਾ ਵਰਟੀਕਲ ਬਣਾਇਆ ਕਰਾਂ ਅੱਜ ਹੋ ਗਿਆ ਪੂਰਾ ਵਰਟੀਕਲ ਵਾਲਾ ਚਾਹ ਪੂਰਾ ਮਜ਼ਾ ਨਹੀਂ ਆਉਂਦਾ ਹੋਰੀਜ਼ੋਂਟਲ ਦੇ ਵਿੱਚ ਰੀਲ ਵਾਇਰਲ ਨਹੀਂ ਹੋਰੀਜ਼ੋਂਟਲ 'ਚ ਰੀਲ ਵਾਇਰਲ ਨਹੀਂ ਹੁੰਦੀ ਅਤੇ ਹੁਣ ਅਸੀਂ ਮਾੜਾ ਜਿਹਾ ਅੱਗੇ ਜਾ ਕੇ ਦੇਖਦੇ ਹਾਂ ਵੀ ਕੀ ਆ ਹੋਪਫੁਲੀ ਕੁਝ ਵਧੀਆ ਦਿਖ ਜੇ ਪਾਣੀ ਨੀਲਾ ਕਿਤੇ ਕਿਤੇ ਹੀ ਦਿਖੂਗੀ ਉਹ ਅਲਬਰਟਾ ਦੀ ਤਾਰੀਫ ਕੀਤੀ ਓਂਟਾਰੀਓ ਨਾਲੋਂ ਕਹਿੰਦੀ ਪਾਣੀ ਉਰੇ ਨੀਲਾ ਹੈ ਓਂਟਾਰੀਓ ਨਹੀਂ ਨੀਲਾ ਹੁੰਦਾ ਹੈ ਇੰਨਾ ਨਹੀਂ ਨੀਲਾ ਹੈਗਾ ਮਤਲਬ ਨੀਲਾ ਹੈ ਬਟ ਕਿਤੇ ਕਿਤੇ ਹੀ ਹੈ ਟ੍ਰੇਲ ਜੀ ਤੇ ਤੁਰੀ ਜਾ ਰਹੇ ਹਾਂ ਅਸੀਂ ਨਾਲ ਨਾਲ ਜੀ ਸਾਡੀ ਡਿਜ਼ਰਟ ਖਾਣ ਦੀ ਵਾਰੀ ਆ ਗਈ ਤੇ ਹੁਣ ਅਸੀਂ ਚੱਲੀ ਮੁਕੇਸ਼ ਅਸੀਂ ਬਹੁਤ ਵਾਰ ਦੇਖਿਆ ਅੱਜ ਦੇਖਦੇ ਹਾਂ ਸਾਡਾ ਫੇਵਰਿਟ ਸਪੌਟ ਅੱਜ ਦੇਖਦੇ ਹਾਂ ਜੀ ਤਾਂ ਰੈਸਬੈਰੀ ਚੀਜ਼ ਕੇਕ ਖਾਂਦਾ ਹੀ ਹੈ ਪਰ ਦੇਖਦੇ ਹਾਂ ਚਲੋ ਜੇ ਕੁਛ ਹੋਰ ਖਾਈਏ ਨਾ ਖਾਈਏ ਮੈਂ ਕੱਲ ਹੀ ਤਾਜ਼ੀ ਤਾਜ਼ੀ ਕਟਿੰਗ ਕਰਾ ਕੇ ਆਇਆ ਤਾਂ ਹੀ ਹੁਣ ਮੈਂ ਦਿਖਾ ਰਿਹਾ ਐਂ ਕਰ ਕਰਕੇ ਦੇਖੋ ਸਾਡੀ ਅਸੀਂ ਦੋਵਾਂ ਨੇ ਹਸਕਬੈਰੀ ਚੀਜ਼ ਕੇਕ ਖਾਣਾ ਬਟ ਅਸੀਂ ਹੋਰ ਵੀ ਟਰਾਈ ਕਰਨਾ ਚਾਹੁੰਦੇ ਹਾਂ ਸਾਨੂੰ ਸਮਝ ਨਹੀਂ ਆ ਰਿਹਾ ਕਿਹੜੀ ਕਰੀਏ ਸੋ ਕੁਕੀ ਡੋ ਕਰ ਲੈਂਦੇ ਹਾਂ ਕਲਾਸਿਕ ਵਨੀਲਾ ਆਈਸਕ੍ਰੀਮ ਲੋਡਡ ਵਿਦ ਚੋਕਲੇਟ ਚਿਪ ਕੁਕੀ ਡੋ ਐਂਡ ਚੋਕਲੇਟ ਚਿਪਸ ਹਸਕਬੈਰੀ ਚੀਜ਼ ਕੇਕ ਐਂਡ ਕੁਕੀ ਡੋ ਯੱਪ
देखो असी $11 दे आइसक्रीम ले मके आने 40-50 किलोमीटर दूर क्योंकि लिटरली अनटेस्टी है। जेडे भी उरे नेड़े तेड़े हो तो हजे तक तुसी नहीं ट्राई किया जरूर ट्राई करो मकेस। तो वैसे हुण तुसी संजोत को भी ट्राई कर सकते हो, संजोत ने यदि फ्रेंचाइजी लै ली समोसा हाउस कैलगरी नॉर्थ ईस्ट सिटीस्केप प्लाजा समोसा हाउस, उन्होंने भी यदि मकेस की फ्रेंचाइजी लै ली। सो हफ्ते तक मेरे ख्याल नाल शुरू कर रहे हैं, समान समून उन्होंने को आ गया, ट्रेनिंग रहती है उन्होंने की, सो उन्होंने को भी ट्राई कर सकते। सो ये जी 50th व्लॉग मेरा मैमरी डंप देसी व्लॉग्स का। मैमरी डंप देसी व्लॉग्स मैं इसलिए शुरू की तू तू बिच कर दिया कर कुछ ना कुछ है आवाज बैकग्राउंड म्यूजिक दे दिया कर। हेलो हेलो यार मैं ओ दी है कि ना क्यूट जा हो की दिख रहा देखे इस पर लूनी डिस्टरबेंस क्रिएट की थी सी रिएक्शन है मी व्हेन आई सी मी व्हेन आई सी मी व्हेन आई सी फूड मे बी मी व्हेन आई सी फूड। सो जिहड़ी गल मैं कर रहा सीगा वी मैमरी डम देसी व्लॉग्स मैं ਤਾਂ ਸ਼ੁਰੂ ਕੀਤੇ ਸੀ ਜਿਹੜੀਆਂ ਆਪਣੀਆਂ ਮੈਮਰੀਜ਼ ਨੇ ਆਪਾਂ ਜਦੋਂ ਪੁਰਾਣੇ ਵੇਲਿਆਂ ਨੂੰ ਯਾਦ ਕਰਦੇ ਹਾਂ ਤਾਂ ਆਪਾਂ ਕਿੰਨੇ ਖੁਸ਼ ਹੁੰਦੇ ਹਾਂ। ਤਾਂ ਐਵੇਂ 10 ਸਾਲ ਬਾਅਦ 15 ਸਾਲ ਬਾਅਦ ਜਦੋਂ ਮੈਂ ਇਹ ਵਲੋਗਸ ਦੇਖਿਆ ਕਰੂੰਗਾ ਜਿਹਨਾਂ ਜਿਹਨਾਂ ਨਾਲ ਮੈਂ ਵਲੋਗਸ ਬਣਾਉਂਦਾ ਭਾਵੇਂ ਉਹ ਯੂਨੀਵਰਸਿਟੀ ਡੇਜ਼ ਹੋਣ ਭਾਵੇਂ ਉਹ ਕੈਨੇਡਾ ਦੀ ਸ਼ੁਰੂਆਤ ਹੋਏ ਮੇਰੀ ਤਾਂ ਮੈਨੂੰ ਵਧੀਆ ਲੱਗੂਗਾ। ਹਜੇ ਵੀ ਮੈਂ ਪਹਿਲਾ ਵਲੋਗ ਸੀ ਮੇਰਾ ਨੂਰ ਦੇ ਵਿਆਹ ਦਾ ਉਹ ਦੇਖ ਕੇ ਬੜਾ ਖੁਸ਼ ਹੁੰਦਾ ਹੁੰਦਾ ਲਾ ਲੈਂਦਾ ਹੁੰਦਾ ਮਹੀਨੇ 'ਚ ਇੱਕ ਅੱਧੀ ਵਾਰ। ਸੋ ਇਹ ਸੀਗਾ ਮੇਰਾ ਪਲੈਨ 50 ਵਲੋਗ ਹੋ ਗਏ ਪੂਰੇ ਹਾਫ ਸੈਂਚਰੀ ਸੋ ਹਾਂ ਹਾਫ ਸੈਂਚਰੀ ਹੋ ਗਈ। ਤੁਸੀਂ ਅਸੀਂ ਪਿਆਰ ਦਿੰਦੇ ਰਹੋ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਅਤੇ ਸਬਸਕ੍ਰਾਈਬ ਵੀ ਕਰਦੇ ਰਹੋ ਅਤੇ ਆਪਣੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆਪਣੇ ਇੱਕ ਦੋਸਤ ਨੂੰ ਅੱਗੇ ਭੇਜੋ ਅਤੇ ਉਹਨੂੰ ਸਬਸਕ੍ਰਾਈਬ ਕਰਨ ਲਈ ਕਹੋ। ਮੇਰੇ ਛੇਤੀ ਛੇਤੀ 100 ਸਬਸਕ੍ਰਾਈਬਰ ਕਰਾ ਦਿਓ, 95 ਹੋ ਗਏ, ਥੈਂਕ ਯੂ 95 ਸਬਸਕ੍ਰਾਈਬਰਸ, 95 ਹੋਰ ਕਰਾ ਦਿਓ ਇੱਕ ਇੱਕ ਨੂੰ ਭੇਜ ਕੇ, ਥੈਂਕ ਯੂ।